पठानकोट के वार्ड नंबर 47 मलिकपुर में फैला गंदगी का साम्राज्य। लोगों ने वार्ड की काउंसलर रितिका पर सफाई कर्मियों से अपने घर में काम करवाने के लगाया आरोप। पठानकोट के वार्ड नंबर 47 मलिकपुर में आजकल गंदगी का साम्राज्य फैला हुआ है, जिसके चलते लोगों में वार्ड की काउंसलर के प्रति रोष पाया जा रहा है। लोगों का कहना है कि वार्ड की काउंसलर अक्सर सरकारी मुलाजिमों से अपने घर के आसपास व घर की सफाई करवाती हैं। लोगों का कहना है कि आज भी उनके घर में कोई प्रोग्राम है और सफाई कर्मी उन्हीं के यहाँ घर पर साफ सफाई करते हुए नजर आ रहे हैं। लोगों ने कहा कि वार्ड में कभी भी कोई सफाई कर्मी नजर नहीं आता। वार्ड वासियों का मानना है कि आगे गर्मी का मौसम आ रहा है, जिसमें गंदगी के चलते काफी मक्खी मच्छर पैदा होगा व उससे कई तरह की बीमारी भी फैल सकती है, पर काउंसलर है कि इस ओर ध्यान ही नहीं दे रही। बता दें कि सफाई कर्मचारियों की आज की एक वीडियो भी सामने आई है, जो काउंसलर के घर के बाहर उनके प्रोग्राम के लिए साफ सफाई कर रहे हैं। लोगों ने मांग करते हुए कहा कि नगर निगम इस ओर ध्यान दे व वार्ड से गंदगी हटाए। उधर जब इस संबंधी वार्ड की काउंसलर से बात की गई तो उन्होंने भी माना कि कभी कभी सफाई कर्मी घर के आसपास काम करने आ ही जाते हैं। वहीं दूसरी ओर उन्होंने कहीं ना कहीं इन आरोपों को नकारा भी है। उषा रानी की कहना चाहते हो, तुम्हारे वार्ड के साफ सफाई को लेकर काफी समस्या हैगी है, कि सफाई कर्मी आते नहीं इधर? नहीं आता, कोई नहीं आता इधर। की कारण हैगा, किथे जंदे नो फिर आंदे नहीं? आंदे है, उंदे घरां च ही आंदे नहीं, उंदी गली साफ कर देंदा, घर कर देओगे, साडा कुछ नहीं कर दियो। ਸਾਡੀ ਗਲੀ ਤੱਕ ਤੇ ਉਹਨਾਂ ਸਾਫ ਜਵਾਬ ਦਿੱਤਾ ਵੀ ਅਸੀਂ ਨਹੀਂ ਕੁਛ ਕਰਨਾ। ਕੀ ਰੀਜ਼ਨ ਕਿਉਂ ਨਹੀਂ ਕਰਨੀ? ਰੀਜ਼ਨ ਕੀ ਪਤਾ, ਕੀ ਗੱਲ? ਕੀ ਤੁਸੀਂ ਵੋਟਾਂ ਨਹੀਂ ਪਾਈਆਂ ਉਹਨਾਂ? ਅਸੀਂ ਵੋਟਾਂ ਪਾਈਆਂ, ਨਾਲ ਚੱਲੇ ਅਸੀਂ ਮੁੰਡੇ ਨਾਲ ਮੁੰਡਾ ਲਾਇਆ, ਉਹਦੇ ਨਾਲ ਚੱਲੇ ਵੀ ਬਣਨ। ਅਸੀਂ ਤਾਂ ਗਲੀ ਵਾਸਤੇ ਤਾਂ ਮਸਲਾ ਕੀਤਾ ਸੀ ਵੀ ਸਾਡੀ ਗਲੀ ਬਣਨੀ ਚਾਹੀਦੀ ਹੈ ਅਤੇ ਅਸੀਂ ਵੋਟ ਪਾਉਣੇ ਆ। ਕੀ ਮੰਗ ਕਰਦੇ ਤੁਸੀਂ? ਅਸੀਂ ਸਾਡੀ ਇਹੀ ਮੰਗ ਹੈ ਵੀ ਸਾਡੀਆਂ ਗਲੀਆਂ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ। ਸਾਡੀਆਂ ਲਾਈਟਾਂ ਚਲੋ ਨਹੀਂ ਲੱਗਣ ਸਹੀ, ਅਸੀਂ ਨਹੀਂ ਕੁਛ ਵੀ ਕਹਿੰਦੇ, ਸਾਡੀ ਗਲੀ ਬਣ ਜਾਵੇ ਬਸ। ਅਤੇ ਮੇਰਾ ਨਾਮ ਸੋਨੀਆ। ਕਿੰਨਾ ਵਾਰਡ ਨੰਬਰ ਕਿੰਨਾ ਪੈਂਦਾ? ਵਾਰਡ ਨੰਬਰ 47। ਕੀ ਦਿੱਕਤ ਆ ਰਹੀ ਹੈ ਸਾਫ਼ ਸਫਾਈ ਨੂੰ ਲੈ ਕੇ ਵਾਰਡ ਦੇ ਵਿੱਚ? ਹਾਂਜੀ, ਮਤਲਬ ਕਿ ਤੁਸੀਂ ਦੇਖਿਆ ਹੀ ਹੋਏਗਾ ਕਿ ਸਾਡਾ ਰਸਤਾ ਕਿੰਨਾ ਖਰਾਬ ਹੈ, ਅਤੇ ਇਹ ਜਦੋਂ ਦੇ ਸੀਵਰੇਜ ਪੈਣ ਕਰਕੇ ਕਿ ਨਾ ਤਾਂ ਇੱਧਰ ਸੀਵਰੇਜ ਪਏ ਆ, ਅਤੇ ਅੱਗੇ ਮਤਲਬ ਕਿ ਉਹਨਾਂ ਨੇ ਅੱਧਾ ਗੱਬੇ ਕੰਮ ਛੱਡਤਾ ਅਤੇ ਪਾਈਪਾਂ ਪਾ ਕੇ, ਅਤੇ ਬਸ ਉੱਥੇ ਰਸਤਾ ਇੰਨਾ ਜ਼ਿਆਦਾ ਖਰਾਬ ਹੋ ਗਿਆ, ਤੁਸੀਂ ਦੇਖ ਹੀ ਸਕਦੇ ਹੋ ਆ ਕੇ। ਹੋਰ ਵੀ ਵਾਰਡ 'ਚ ਦੇਖਿਆ ਆਪਾਂ, ਕੂੜਾ ਕਰਕਟ ਕਾਫੀ ਹੈ, ਗਲੀਆਂ ਦਾ ਨਾਲੀਆਂ ਦਾ ਬੁਰਾ ਹਾਲ ਹੈ। ਉਦੋਂ ਦੇ ਨਾ ਹੀ, ਅਤੇ ਹੁਣ ਉਹ ਕੂੜਾ ਅੱਗੇ ਪਹਿਲੇ ਲੈਣ ਆਉਂਦੇ ਸੀਗੇ, ਹੁਣ ਉਹ ਵੀ ਨਹੀਂ ਆਉਂਦੇ ਹੈਗੇ, ਅਤੇ ਬਾਰਿਸ਼ ਕਰਕੇ ਸਾਨੂੰ ਇੰਨੀ ਜ਼ਿਆਦਾ ਤੰਗੀ ਹੁੰਦੀ ਹੈ, ਸਾਡੇ ਬੱਚੇ ਵੀ ਡਿੱਗਦੇ ਜਾਂਦੇ ਆ, ਅਤੇ ਯੂਨੀਫਾਰਮ ਗੰਦੀ ਹੁੰਦੀ ਹੈ, ਅਤੇ ਕੱਲ੍ਹ ਨੂੰ ਕੋਈ ਵੀ ਡਿੱਗਦਾ ਤਾਂ ਇਹਦੇ ਜ਼ਿੰਮੇਵਾਰ ਕੌਣ ਹੈਗਾ? ਇਹਦੇ ਸੰਬੰਧ ਵਿੱਚ ਐਕਸ਼ਨ ਨਹੀਂ ਕਿਹਾ? ਹਾਂਜੀ, ਕਿਹਾ ਸੀਗਾ ਉਹਨਾਂ ਨੇ, ਬਸ ਅੱਧਾ ਕੁ ਕੰਮ ਕਰਾ ਕੇ ਉਸ ਤੋਂ ਬਾਅਦ ਉਹਨਾਂ ਨੇ ਕੋਈ ਮਤਲਬ ਐਕਸ਼ਨ ਨਹੀਂ ਲਿਆ। ਕੀ ਮੰਗ ਕਰਦੇ? ਕਿ ਸਾਡਾ ਮਤਲਬ ਕਿ ਰਸਤਾ ਬਣਨਾ ਚਾਹੀਦਾ, ਗਲੀ ਬਣਨੀ ਚਾਹੀਦੀ ਹੈ। ਹਾਂਜੀ, ਉਹ ਵੀ ਮਤਲਬ ਕਿ ਫਿਰ ਕੱਲ੍ਹ ਨੂੰ ਗਲੀ ਬਣ ਜਾਊਗੀ, ਕੱਲ੍ਹ ਨੂੰ ਉਹ ਵੀ ਫਿਰ ਕਚਰਾ ਲੈਣ ਮਤਲਬ ਕਿ ਆ ਸਕਦੇ ਆ ਇੱਧਰ। ਹਾਂਜੀ ਮੈਡਮ, ਤੁਹਾਡਾ ਕਿਹੜਾ ਵਾਰਡ ਪੈਂਦਾ ਜੀ? ਨਮਸਤੇ ਜੀ, ਮੇਰਾ ਵਾਰਡ ਨੰਬਰ 47 ਹੈ, ਮਲਕਪੁਰ। ਮੈਡਮ, ਜਿੱਦਾਂ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਜਿਹੜੀ ਸਫਾਈ ਵਿਵਸਥਾ ਦੀ ਕਾਫੀ ਬੁਰੀ ਹਾਲਤ ਹੈ, ਜਿਹੜੇ ਸਫਾਈ ਕਰਮੀ ਆਉਂਦੇ ਨੇ ਉਹ ਪਿੰਡ 'ਚ ਕਿਤੇ ਵੀ ਨਜ਼ਰ ਨਹੀਂ ਆਉਂਦੇ, ਅਤੇ ਉਹਨਾਂ ਦਾ ਕਹਿਣਾ ਕਿ ਆਪਣੇ ਘਰ ਦੇ ਵਿੱਚ ਹੀ MC ਵੱਲੋਂ ਜਿਹੜੇ ਕੰਮ ਕਰਵਾਏ ਜਾਂਦੇ ਉਹਨਾਂ ਕੋਲ, ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ 2 ਸਾਲ ਹੋ ਗਏ ਮੈਨੂੰ ਕਾਰਪੋਰੇਸ਼ਨ 'ਚ ਆਏ ਦੇ, 2 ਸਾਲ ਪਹਿਲੇ ਇੱਥੇ ਕੋਈ ਸਫਾਈ ਨਹੀਂ ਸੀ ਹੁੰਦੀ, ਹੁਣ ਤਾਂ ਆਪ ਲੋਕ ਕਹਿੰਦੇ ਕਿ ਮੈਡਮ ਨੇ ਮਤਲਬ ਕਾਫੀ ਸਾਫ਼ ਸੁਥਰਾ ਪਿੰਡ ਹੋਇਆ। ਰਹੀ ਗੱਲ ਅੱਜ ਸਾਡੇ ਪ੍ਰੋਗਰਾਮ ਹੈ ਥੋੜ੍ਹਾ ਜਿਹਾ, ਤਾਂ ਸਿਰਫ ਮੈਂ ਚੂਨਾ ਲਗਵਾਇਆ, ਅਤੇ ਨਾਲੇ ਮੇਰਾ ਕੰਮ ਕੀ ਕਰਨਾ ਉਹਨਾਂ ਨੇ, ਜੇ ਮਾੜਾ ਮੋਟਾ ਉਹ ਇੱਕ ਅੱਧ ਵਾਰ ਕਰਾਇਆ ਹੋਊਗਾ, ਨਹੀਂ ਤਾਂ ਮੈਂ ਆਪ ਕੰਮ ਕਰਦੀ, ਨਹੀਂ ਤਾਂ ਕੰਮ ਵੱਲ ਲੱਗੀ ਹੈ, ਅਤੇ ਮੇਰੇ ਕੋਲ ਰੋਜ਼ ਉਹਨਾਂ ਦੀ ਫੋਟੋ ਆਉਂਦੀ ਹੈ ਜਿੱਥੇ ਗਲੀ ਨਾਲੀ ਸਾਫ਼ ਕਰਦੇ ਆ, ਰੋਜ਼ ਦੀ ਤੁਸੀਂ ਡਿਟੇਲ ਚੈੱਕ ਕਰ ਸਕਦੇ ਹੋ, ਰੋਜ਼ ਉਹਨਾਂ ਨੇ ਭੇਜਣਾ ਹੈ। ਕੀ ਸਰਕਾਰੀ ਮੁਲਾਜ਼ਮ ਜਿਹੜੇ ਘਰ 'ਚ ਕੰਮ ਕਰ ਸਕਦੇ ਤੁਹਾਡੇ ਵੈਸੇ, ਜਿਸ ਤਰ੍ਹਾਂ ਲੋਕਾਂ ਦਾ ਕਹਿਣਾ? ਨਹੀਂ ਨਹੀਂ, ਸਰਕਾਰੀ ਮੁਲਾਜ਼ਮ ਹਾਂ ਥੋੜ੍ਹਾ ਬਹੁਤਾ ਕਰ ਸਕਦੇ ਆ, ਕਰਨੇ ਕੀ ਤਾਂ ਕਰ ਸਕਦੇ, ਪਰ ਮੈਂ ਕਰਵਾਉਂਦੀ ਨਹੀਂ ਉਹਨਾਂ ਕੋਲੋਂ। ਮੇਰਾ ਕੰਮ ਕਿਉਂ ਕਰਨਾ, ਪਿੰਡ ਦਾ ਕੰਮ ਕਿਵੇਂ ਕਰਨਾ, ਸਾਫ਼ ਸਫਾਈ ਕਿਵੇਂ ਕਰਨੀ ਹੈ? ਰੋਜ਼ ਦੀ ਡਿਟੇਲ ਮੈਨੂੰ ਆਉਂਦੀ ਹੈ, ਰੋਜ਼ ਮੈਨੂੰ ਵਟਸਐਪ 'ਤੇ ਭੇਜਦੇ ਆ ਕਿ ਕਿੱਥੇ ਸਫਾਈ ਕਰਨੀ ਕਿੱਥੇ ਨਹੀਂ। ਹਾਂ, ਮੇਰੇ ਕੋਲ ਆਉਂਦੇ ਹੈ, ਉੱਥੇ ਮੈਂ ਦੱਸਦੀ ਹਾਂ ਕਿ ਹਾਂ ਇਹੜੇ ਮੁਹੱਲੇ ਜਾਣਾ, ਅੱਜ ਇੱਧਰ ਜਾਣਾ, ਅੱਜ ਉੱਧਰ ਜਾਣਾ, ਇਹ ਤਾਂ ਮੈਂ ਜ਼ਰੂਰ ਦੱਸਣੀ ਹਾਂ। ਜਿਹੜੇ ਆਰੋਪ ਲਗਾਏ ਜਾ ਰਹੇ ਤੁਹਾਨੂੰ ਝੂਠੇ? ਓਪੋਜੀਸ਼ਨ ਵਾਲੇ ਬੋਲਦੇ ਰਹਿੰਦੇ ਆ, ਓਪੋਜੀਸ਼ਨ ਵਾਲਿਆਂ ਨੇ ਬੋਲਦੇ ਰਹਿਣਾ। ਮੇਰਾ ਨਾਮ ਰਾਘਵ ਹੈ ਸਰ, ਵਾਰਡ ਨੰਬਰ 47। ਕੀ ਪ੍ਰੋਬਲਮ ਆ ਰਹੀ ਵਾਰਡ 'ਚ ਤੁਹਾਨੂੰ? ਪ੍ਰੋਬਲਮ ਸਰ ਇਹ ਹੈ, ਪ੍ਰੋਬਲਮ ਸਾਰਿਆਂ ਦੀ ਸਾਂਝੀ ਹੈ, ਤੁਸੀਂ ਦੇਖ ਸਕਦੇ ਹੋ ਕੂੜਾ ਕਰਕਟ ਉੱਦਾਂ ਹੀ ਪਿਆ ਹੋਇਆ, ਕਮੇਟੀ ਦਾ ਉੱਦਾਂ ਟੈਕਸ ਲੈਣ ਨੂੰ ਸਾਰੇ ਕੁਛ ਆ ਜਾਂਦੇ ਆ, ਫੈਸਿਲਿਟੀ ਕੋਈ ਨਹੀਂ ਹੈਗੀ, ਕੂੜਾ 15 ਦਿਨ ਹੋ ਗਿਆ ਪਏ ਹੋਏ ਇੱਥੇ, ਅੱਜ ਤੱਕ ਸਾਫ਼ ਸਫਾਈ ਕਰਨ ਕੋਈ ਨਹੀਂ ਆਇਆ, ਅਤੇ ਨਿਰਾ ਬਿਮਾਰੀ ਦਾ ਘਰ ਆ, ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਦਾ। ਸ਼ਾਮ ਨੂੰ ਇੰਨਾ ਮੱਛਰ ਹੁੰਦਾ ਅੰਦਰ ਤੱਕ, ਜਿੱਦਾਂ ਮਰਜ਼ੀ ਤੁਸੀਂ ਫਿਟਿੰਗ ਕਰਾ ਲਓ, ਜੋ ਮਰਜ਼ੀ ਕਰ ਲਓ, ਮੱਛਰ ਤੁਹਾਡੇ ਅੰਦਰ ਆਉਣਾ ਹੀ ਆਉਣਾ, ਅਤੇ ਲਾਗੇ ਸਕੂਲ ਹੈ, ਲਾਗੇ ਬਿਲਕੁਲ MC ਦਾ ਘਰ ਹੈ, ਲਾਗੇ ਸਕੂਲ ਹੈ, ਕੱਲ੍ਹ ਨੂੰ ਬੱਚਿਆਂ ਨੂੰ, ਬੱਚੇ ਬਿਮਾਰ ਹੋ ਜਾਂਦੇ, ਉਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ, ਰਿਸਪੋਂਸੀਬਿਲਟੀ ਕਿਹਦੀ ਹੋਏਗੀ?
जिहड़े कमेटी वाले बंदे आ उह पिंड दा काम कोई नहीं करदे, सिर्फ एमसी दे घर दा काम करदे आ। अज भी तुसीं देख सकदे हो जाके कि उन्हां दे घर कोई परसनल कोई प्रोग्राम हो रहा तो उत्थे साफ सफाई लगे दे करन, चूना वगैरह सुट रहे आ, साफ सफाई कर रहे आ। कौन सा नाम सर हुणे सानूं पहिलां पता कि दो ते एमसी बने होए आ, इक उह कदी कहिंदा कि उहदा सोहरा साहब कहिंदा कि मैं एमसी आ, मैं तुहानूं कागज़ भी दिखा सकदा, कई जगह उह साइन कर दिंदे आ, कई जगह ये साइन कर दें। एरिया है ये एरिया वार्ड मलकपुर ते पठानकोट दे विच सारे दिक्कत ही है सर, तुसीं जाके देख सकते हो। नवे अपने सीवरेज पे आ, वो पहले ही टुट गए आ, चलन तो पहले ही टुटे हुए आ, उनके ढक्कन टुटे हुए आ, बिल्कुल खाली पे आ, हजे स्टार्ट नहीं हुए। जे कल नूं कोई किसी का बच्चा वो डिग के या सट चोट लग जाती, वो रिस्पोंसीबिलिटी किदी होएगी? उधरों तुसीं गड्डी नहीं लैके जा सकते, बिना इन्हां ने फिरनी कढ़ाए उत्थे सीवरेज अपनी मर्जी नाल पवाता कि बिना किसी के कहने तो। मंग यही है सर कि कूड़ा तो सब तो पहले जो कमेटी का काम है, जोड़ा जो टैक्स का पैसा एक तो बर्बाद ना किया जाए साडा, है ना, जो कूड़ा वो टाइम टू टाइम चुकया जाए, जी रिसपोंसीबिलिटी बनती है अपनी म्यूनसीपल कारपोरेशन की। तो दूसरी गल जो परसनल जो बंद ने रख लिया अपने को घर ही, वह इन घर वास्ते नहीं प्रोवाइड किए हुए, वह सारे पूरे पिंड की साफ सफाई वास्ते आ, तो उन्होंने काम करने की थोड़ी जी छूट दी जाए। जबरदस्ती उन्होंने धमकाना या उनके को अपने घर का काम कराना इलीगल है, तो वो अपने तरीके नाल कमेटी जे समझदार है जो भी अपना प्रशासन चाहे तो कार्रवाई करके तो अपना काम उन्हों को अपना काम ही करा, तो यह नहीं कि परसनल अपने घर का काम करा। अज उन्होंने घर कोई फंक्शन है तो वो सवेर दे इनके घर ही लगे हुए हैं, कमेटी वाले इधर पिंड वाल किसी का ध्यान नहीं है, कोई काम नहीं है। 15 दिन हो गया कंप्लेंट पाए हुए भी, अज तक किसी ने कूड़ा नहीं चुकया, तो मच्छर नाल बुरा हाल है, कल जो भी बीमारी आती है वो सारी इन्हों करके आती है। फिर